ਠੇਕਾ ਮੁਲਾਜ਼ਮਾਂ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਪਰਿਵਾਰਾਂ ਸਮੇਤ ਪਟਿਆਲਾ ਵਿਖੇ ਦਿੱਤਾ ਜਾ ਰਿਹਾ ਧਰਨਾ ਤਬਦੀਲ ਕਰਕੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਵਿਖੇ ਮੋਰਿੰਡਾ ਬਾਈਪਾਸ ਤੇ ਸਰਹੰਦ ਚੌਂਕ ਵਿਖੇ ਲਗਾ ਦਿੱਤਾ ਗਿਆ। ਇਹਨਾਂ ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਵੱਖ-ਵੱਖ ਸਰਕਾਰੀ ਵਿਭਾਗਾਂ, ਸਰਕਾਰੀ ਥਰਮਲ ਪਲਾਂਟਾਂ, ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਵਰ ਕੌਮ ਅਤੇ ਹੋਰ ਕਈ ਵਿਭਾਗਾਂ ਦੇ ਵਿੱਚ ਠੇਕਾ ਪ੍ਰਣਾਲੀ, ਆਊਟਸੋਰਸਿੰਗ, ਇਨਵੈਸਟਮੈਂਟ ਕੰਪਨੀਆਂ, ਕੇਂਦਰੀ ਸਕੀਮਾਂ ਆਦਿ ਅਤੇ ਹੋਰ ਸਮੂਹ ਕੈਟਾਗਰੀਆਂ ਰਾਹੀਂ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਸਮੂਹ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਵਿਭਾਗਾਂ ਵਿੱਚ ਰੈਗੂਲਰ ਕੀਤਾ ਜਾਵੇ। ਉਹਨਾਂ ਦੇ ਵੀ ਕਹਿਣਾ ਸੀ ਕਿ ਬਰਾਬਰ ਕੰਮ, ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ ਤੇ ਛਾਂਟੀਆਂ ਦਾ ਅਮਲ ਬੰਦ ਕੀਤਾ ਜਾਵੇ। ਉੱਥੇ ਹੀ ਇਸ ਮੌਕੇ ਮੁਜ਼ਾਹਰਾਕਾਰੀਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ ਵੀ ਕੀਤਾ ਗਿਆ। ਅੱਜ ਇਹ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਜਿਹੜਾ ਪੱਕਾ ਮੋਰਚਾ ਪਹਿਲਾਂ ਪਟਿਆਲੇ ਦੀ ਧਰਤੀ 'ਤੇ ਚੱਲ ਰਿਹਾ ਤਾ ਕੈਪਟਨ ਸਰਕਾਰ ਖਿਲਾਫ਼, ਜਿਹੜਾ ਠੇਕਾ ਕੰਮ ਇਹਨੂੰ ਪੱਕੇ ਕਰਨ ਵਾਸਤੇ ਜਿਵੇਂ ਕਿ ਜਿਹੜੇ ਆਊਟਸੋਰਸਿੰਗ ਵਾਲੇ, ਰੈਸਟੋਰੈਂਟ ਵਾਲੇ, ਕੰਟਰੈਕਟ ਵਾਲੇ ਵੱਖ ਵੱਖ ਕੈਟਾਗਰੀ ਰਾਹੀਂ ਭਰਤੀ ਕੀਤੇ ਹੋਏ ਠੇਕਾ ਮੁਲਾਜ਼ਮਾਂ, ਉਹਨਾਂ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਵਿੱਚ ਪੱਕਾ ਮੋਰਚਾ ਪਟਿਆਲੇ ਦੀ ਧਰਤੀ 'ਤੇ ਚੱਲ ਰਿਹਾ ਸੀ। ਕੈਪਟਨ ਸਰਕਾਰ ਜਿਹੜੀ ਉਹ ਮੁੱਖ ਮੰਤਰੀ ਚੇਂਜ ਹੁੰਦੇ ਆ ਜੀ, ਅਸੀਂ ਵੀ ਜਿਹੜਾ ਆਪਣਾ ਮੋਰਚਾ ਉਹ ਜਿਹੜਾ ਨਵੇਂ ਬਣੇ ਮੁੱਖ ਮੰਤਰੀ ਚੰਨੀ ਸਿੰਘ ਚੰਨੀ ਆ ਉਹਨਾਂ ਦੇ ਦਰ 'ਤੇ ਲਾਇਆ। ਸਾਡੀ ਡਿਮਾਂਡ ਹੈ ਕਿ ਜਿੰਨੇ ਵੀ ਸਮੂਹ ਭਾਗਾਂ ਦੇ ਠੇਕਾ ਮੁਲਾਜ਼ਮ ਆ ਉਹਨਾਂ ਨੂੰ ਵਿਭਾਗ 'ਚ ਲੈ ਕੇ ਰੈਗੂਲੇਟ ਕੀਤਾ ਜਾਵੇ। ਅਸੀਂ 4.5 ਸਾਲਾਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਜਿਹੜੇ ਕਰ ਰਹੇ ਹਾਂ। ਜਿਹੜੇ ਚਰਨਜੀਤ ਸਿੰਘ ਚੰਨੀ ਮੰਤਰੀ ਬਣੇ ਆ ਵੀ ਪਹਿਲਾਂ ਸਾਊਥ ਵਿੱਚ ਦੇ ਜਿਹੜੇ ਪੱਕੇ ਕਰਨ ਨੂੰ ਕਮੇਟੀ ਗਠਨ ਕੀਤੀ ਗਈ ਸੀ ਉਸ ਕਮੇਟੀ ਦੇ ਇਹ ਮਤਲਬ ਮੈਂਬਰ ਸੀਗੇ ਪਰ ਪੱਕਾ ਨਹੀਂ ਕੀਤਾ ਗਿਆ। ਜਿਹੜੇ ਹੁਣ ਉਹ ਵਾਅਦੇ ਕਰਦੇ ਆ ਵੀ ਅਸੀਂ ਇਹਨਾਂ ਨੂੰ ਠੇਕੇ ਵਾਲਿਆਂ ਨੂੰ ਪੱਕਾ ਕਰ ਦਾਂਗੇ, ਅਸੀਂ ਕਿਵੇਂ ਯਕੀਨ ਕਰ ਲਈਏ ਸਰਕਾਰ 'ਤੇ? ਕਿਉਂਕਿ 4.5 ਸਾਲ ਹੋ ਗਏ ਸਰਕਾਰ ਨੂੰ ਆਈ ਨੂੰ ਕੋਈ ਵੀ ਕੱਚਾ ਕੰਮ ਪੱਕਾ ਨਹੀਂ ਕੀਤਾ ਗਿਆ। ਅਸੀਂ ਇਹ ਮੋਰਚਾ ਜਿਹੜਾ ਪੱਕਾ ਲਾਇਆ ਇੱਥੇ ਸਰਹੰਦ ਰੋਡ 'ਤੇ ਮੋਰਿੰਡੇ ਦੇ ਵਿੱਚ, ਇਹ ਪੱਕਾ ਮੋਰਚਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ ਨੂੰ ਪੱਕੇ ਨਹੀਂ ਕੀਤਾ ਜਾਂਦਾ। ਇਸ ਹਾਂਜੀ, ਮੈਂ ਵਰਿੰਦਰ ਸਿੰਘ ਸਬਾਈ, ਆਗੂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ। ਅੱਜ ਦਾ ਜਿਹੜਾ ਸਾਡਾ ਇਹ ਧਰਨਾ, ਇਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣ ਲਈ ਹੈ, ਕਿਉਂਕਿ ਲੋਕਾਂ ਨੂੰ, ਭੋਲੇ ਭਾਲੇ ਲੋਕਾਂ ਨੂੰ ਪਿਛਲੇ 75 ਸਾਲਾਂ ਤੋਂ ਇਹ ਸਿਆਸਤਦਾਨ, ਲੀਡਰ ਲੁੱਟੂ ਟੋਲੇ ਲੁੱਟ ਰਹੇ ਹੈ। ਅਤੇ ਹੁਣ ਵੀ ਜੇ ਚਰਨਜੀਤ ਚੰਨੀ ਦੀ ਗੱਲ ਕਰੀਏ, ਸਰਕਾਰ ਇਹਨਾਂ ਦੀ ਹੈ, ਪਿਛਲੇ 4.5 ਸਾਲਾਂ ਤੋਂ ਰਾਜ ਇਹ ਕਰ ਰਹੇ ਹੈ। ਅਤੇ ਹੁਣ ਜਿੱਥੇ ਸਹੁੰ ਚੱਕਣੀ ਸੀ ਕਹਿੰਦੇ ਵੀ ਸਾਨੂੰ ਸਮਾਂ ਦਿਓ, 4.5 ਸਾਲ ਦਾ ਤੁਹਾਨੂੰ ਸਮਾਂ ਦਿੱਤਾ, 75 ਸਾਲਾਂ ਦਾ ਸਮਾਂ ਤੁਹਾਨੂੰ ਦਿੱਤਾ, ਅਜੇ ਸਮਝਿਆ ਸਮਝਾਉਣ 'ਚ ਬਾਕੀ ਕੀ ਹੈ? ਇਸ ਲਈ ਜੇ ਫੈਸਲਾ ਕਰ ਰਹੇ, ਸਹੁੰ ਚੁੱਕਣ ਲੱਗਿਆ ਅੱਜ ਫੈਸਲਾ ਕਰ ਰਹੇ, ਕੱਚੇ ਮੁਲਾਜ਼ਮਾਂ ਨੂੰ ਅਸੀਂ ਪੱਕੇ ਕਰਤਾ, ਨੋਟੀਫਿਕੇਸ਼ਨ ਕਰ ਦੇਣਾ, ਇਸ ਲਈ ਸਾਡੇ ਕੋਲ ਸਮਾਂ ਹੈ ਨਹੀਂ ਦੇਣ ਨੂੰ। ਇਹਨਾਂ ਨੇ ਆਪਦੀਆਂ 2022 ਦੀਆਂ ਤਿਆਰੀਆਂ, ਹੁਣ ਵੀ ਇਹਨਾਂ ਨੇ ਆਹ ਜਿਹੜਾ ਮੁੱਖ ਮੰਤਰੀ ਵਾਲਾ ਪੱਤਾ ਖੇਡਿਆ, 2022 ਦੀਆਂ ਤਿਆਰੀਆਂ, ਲੋਕਾਂ ਨੂੰ ਦੇਣ ਕੋਲ ਕੁਛ ਨਹੀਂ ਹੈਗਾ, ਕਿਉਂਕਿ ਲੋਕਾਂ ਨੂੰ ਦੇਣਾ ਨਹੀਂ ਚਾਹੁੰਦੇ, ਹੈ ਬਥੇਰਾ ਕੁਛ। ਇਸ ਲਈ ਅਸੀਂ ਉਹ ਮੁੱਖ ਮੰਤਰੀ ਦਾ ਜਿਹੜਾ ਪਟਿਆਲੇ ਵਾਲਾ ਦਾ ਸ਼ਹਿਰ ਛੱਡ ਕੇ ਇਹਦੇ ਸ਼ਹਿਰ ਆਏ ਹਾਂ ਵੀ ਆਹ ਬੈਠੇ ਹਾਂ ਧਰਨਾ ਲਈ, ਦੇ ਨੋਟੀਫਿਕੇਸ਼ਨ ਕਰ, ਅਸੀਂ ਇਸ ਗੱਲ ਨੂੰ ਮੰਨ ਲਾਂਗੇ, ਇਹ ਸਾਡਾ ਪ੍ਰੋਗਰਾਮ ਹੈ। ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਜਿਹੜੇ ਪੰਜਾਬ ਦੇ ਠੇਕਾ ਮੁਲਾਜ਼ਮਾਂ ਨਮੂਨੀਆਂ ਤਨਖਾਹਾਂ ਦੇ ਲਗਾਤਾਰ 15-20 ਸਾਲਾਂ ਤੋਂ ਜਿਹੜੇ ਹੱਡ ਭੰਨਵੀਂ ਮਿਹਨਤ ਕਰਕੇ ਉਹਨਾਂ ਨੂੰ ਮਿਲਦਾ ਕੀ 8-9 ਹਜ਼ਾਰ, ਹਰ ਇੱਕ ਵਾਰ ਜਿਹੜੀ ਸਰਕਾਰ, ਜਿਹੜੇ ਹਾਕਮ ਓਪੋਜੀਸ਼ਨ 'ਚ ਹੁੰਦੇ ਆ ਉਹ ਮੁੱਦਾ ਚੱਕਦੇ ਆ, ਪਰ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਹੁਣ ਅਸੀਂ ਲਗਾਤਾਰ ਇਹ ਸੰਘਰਸ਼ ਕਰ ਰਹੇ, ਜਦੋਂ ਤੱਕ ਸਾਡੀ ਮੰਗ ਪ੍ਰਵਾਨ ਨਹੀਂ ਹੁੰਦੀ ਉਦੋਂ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕੈਪਟਨ ਦੇ ਸ਼ਹਿਰ ਪਟਿਆਲਾ ਤੋਂ ਤਬਦੀਲ ਕਰਕੇ ਜੋ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਧਰਨਾ ਪੰਜਾਬ ਦੇ ਨਵੇਂ ਬਣੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਵਿੱਚ ਲਗਾਇਆ ਗਿਆ ਤੇ ਹੁਣ ਇਹਨਾਂ ਦੀਆਂ ਮੰਗਾਂ ਦੇ ਉੱਪਰ ਕੀ ਅਮਲ ਕੀਤਾ ਜਾਂਦਾ ਤੇ ਕਦੋਂ ਤੱਕ ਇਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ? ਜਗਬਾਣੀ ਟੀਵੀ ਦੇ ਲਈ ਮੋਰਿੰਡਾ ਤੋਂ ਹਰੀਸ਼ ਬੱਟਲਾ ਦੀ ਰਿਪੋਰਟ।